टूके पेंट होए भाई ला इंजन तो कली कली चीज टूके पेंट च हुई भी आ ठीक है ना जी पुछदा ही नहीं सी नाटकेरा नूं भी कोई पुछदा नहीं सी बई जी इहदा सिद्धू मूसे वाले ने बई ने चढ़ाया हाँ जी ये लोहे दी पाइपां लातीआं जी प्लास्टिक दी पाइयां जी बल्ले इधर अच्छा हाँ जी ये भाई हुण फिर आए जी किवें ये ना जी कम इहदा सारा इंजन दा हो गया जी ਇਹਦੇ ਅੰਦਰ ਸਾਰੇ ਚ ਰੰਗ ਵੱਜ ਗਿਆ ਜੀ ਅੰਦਰੋਂ ਖੋਲ ਕੇ ਰੰਗ ਵੱਜਿਆ ਹੋਇਆ ਸਾਰੇ ਚ ਬਾਕੀ ਰੇ ਨਾਲ ਕੰਮ ਹੋਇਆ ਬਾਈ ਸਾਰਾ ਕੋਈ ਇਹਦਾ ਉਹ ਨਹੀਂ ਕਰਿਆ ਆਪਾਂ ਜਮਾ ਰੇ ਨਾਲ ਸਾਰਾ ਰੇ ਨਾਲ ਕੰਮ ਹੋਇਆ ਦਾ ਸਿਰਫ ਮਾਰ ਕੇ ਲੈ ਕੇ ਜਾਣਾ ਬਸ ਬਾਈ ਇੱਥੋਂ ਖੁਸ਼ ਹੋ ਕੇ ਜਾਂਦਾ ਬਸ ਠੀਕ ਹੈ ਬਿਲ ਲਿਆ ਕੇ ਦੇ ਸਕਦੇ ਆ ਉਹਦੇ ਜਿਹੜਾ ਐਕਸਟਰਾ ਚਾਰਜ ਲੱਗੂਗਾ ਉਹ ਅਗਲੇ ਦੇ ਦੇਵੇ ਅਸੀਂ ਬਿਲ ਦੇਣ ਨੂੰ ਤਿਆਰ ਆ ਉਹਨਾਂ ਦਾ ਰੰਗ ਵਾਲਿਆਂ ਦਾ ਵੀ ਇਹਦੇ ਪਹਿਲਾਂ ਮੂਰੇ ਇਹਨਾਂ ਦਾ ਆਪ ਦਾ ਲਾਇਆ ਸੀਗਾ ਜੀ ਜਿਗਾੜ ਕਰਕੇ ਕੋਈ ਠੀਕ ਹੈ ਆਪਾਂ ਪਲਾਇਆ ਸੀ ਇਹਨਾਂ ਦੇ ਪਹਿਲਾਂ ਇੱਥੇ ਜੀ चमकौर खड़े ने बाई दे बेटे ने दोनों बाई मेहनत करी जांदे ने किन्ने सालों तो ते ए बाई मालक खड़े ने ट्रैक्टर दे मालक ने इन्हां तों वी आपां सारा कुछ पुछांगे किहड़ा मॉडल वगैरह हैगा ਤੇ ਉਹ ਬਾਈ ਨਾਲ ਕਰਦੇ ਆ ਗੱਲਾਂ ਬਾਤਾਂ ਜਿਨ੍ਹਾਂ ਨੇ ਇੰਨੀ ਮਿਹਨਤ ਲਾਈ ਹੈਗੀ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਜੀ ਠੀਕ ਠਾਕ ਹੋ ਵਧੀਆ ਬਾਈ ਵਧੀਆ ਤੁਸੀਂ ਸੁਣਾਓ ਠੀਕ ਆ ਬਾਈ ਤੇ ਬਾਈ ਜਿਹੜੇ ਤੁਸੀਂ ਮੋਡੀਫਿਕੇਸ਼ਨ ਦਾ ਕੰਮ ਕਰਦੇ ਹੋ ਨਾ 911 ਤਿਆਰ ਕੀਤਾ ਇਹ ਹਾਂਜੀ ਹਾਂਜੀ ਕਿੰਨੇ ਟਾਈਮ ਤੋਂ ਬਾਈ ਤੁਸੀਂ ਪਹਿਲਾਂ ਹੀ ਕੰਮ ਕਰੀ ਜਾਂਦੇ ਇਹ ਆਪਾਂ ਨੂੰ ਹੋ ਗਏ ਬਾਈ 25-30 ਸਾਲ ਕੰਮ ਕਰਦੇ ਨੇ ਜੀ ਠੀਕ ਹੈ ਹਾਂਜੀ ਪਹਿਲਾਂ ਤੁਹਾਡੇ ਡੈਡੀ ਜੀ ਸੀ ਇਹ ਤੋਂ ਬਾਅਦ ਫਿਰ ਤੁਸੀਂ ਆਏ ਹਾਂਜੀ ਪਹਿਲਾਂ ਡੈਡੀ ਕਰਦੇ ਸੀਗੇ ਜੀ ਸਭ ਤੋਂ ਪਹਿਲਾਂ ਦਾਦਾ ਜੀ ਕਰਦੇ ਸੀ ਉਸ ਤੋਂ ਬਾਅਦ ਡੈਡੀ ਆ ਗਏ ਜੀ ਠੀਕ ਹੈ ਉਸ ਤੋਂ ਬਾਅਦ ਹੁਣ ਆਪਾਂ ਕੰਮ ਸੰਭਾਂਗੇ ਜੀ ਠੀਕ ਹੈ ਤੀਜੀ ਪੀੜੀ ਆ ਗਈ ਸਭ ਕੰਮ ਸੰਭਾਂਗੇ ਤੀਜੀ ਪੀੜੀ ਆ ਗਈ ਜੀ ਠੀਕ ਹੈ ਜੀ ਹਾਂਜੀ ਬਾਕੀ ਬਾਈ ਤੁਸੀਂ ਕੰਮ ਦੇਖ ਹੀ ਰਹੇ ਹੋ ਆਪਣਾ ਠੀਕ ਹੈ ਨਾ ਜੀ ਪੂਰੀ ਫੁੱਲ ਮਿਹਨਤ ਕਰਦੇ ਆਪਾਂ ਡਾਕਟਰ ਦੇ ਠੀਕ ਹੈ ਜੀ ਬਾਕੀ ਤੁਹਾਨੂੰ ਵੀਰ ਦੱਸਣਗੇ ਆਪਣੇ ਆਪ ਤੇ ਕੋਲੇ ਖੜੇ ਨੇ ਤੁਸੀਂ ਉਹਨਾਂ ਤੋਂ ਵੀ ਪੁੱਛ ਸਕਦੇ ਹੋ ਬਾਕੀ ਜੋ ਕੀ ਹੋਰ ਚੀਜ਼ ਦੀ ਲੋੜ ਆ ਤਾਂ ਉਹ ਤੁਹਾਨੂੰ ਦੱਸੋ ਆਪਾਂ ਤੁਹਾਨੂੰ ਕੱਲੀ ਕੱਲੀ ਚੀਜ਼ ਸਮਝਾਉਣੇ ਹਾਂਗੇ ਹਾਂਜੀ ਇਹ ਵੀ ਆਪਾਂ ਸਾਰਾ ਕੁਝ ਪੁੱਛਾਂਗੇ ਤੇ ਇਹ ਬਾਈ ਮਾਲਕ ਹੈਗੇ ਨੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਹੋਰ ਬਾਈ ਠੀਕ ਹੋ ਵਧੀਆ ਵਧੀਆ ਬਾਈ ਆਪਣੇ ਆਪਾਂ ਬਾਈ ਦੋਦਾ ਕੋਣੀ ਤੋਂ ਮੁਕਸਰ ਕੋਲੋਂ ਮੁਕਸਰ ਕੋਲੇ ਜਿਹੜਾ ਹਾਂਜੀ ਉਹ ਬਾਬਾ ਫਰੀਦ ਕਾਲਜ ਲਾਂਗੇ ਹਾਂਜੀ ਹਾਂ ਬਾਈ ਉੱਥੇ ਮੈਂ ਪੜਿਆ ਬਾਈ ਠੀਕ ਹੈ ਬਾਈ ਹਾਂਜੀ ਬਾਈ ਤੇ ਕਿਵੇਂ ਬਾਈ ਫਿਰ ਬਾਈ ਹੁਣਾਂ ਦਾ ਕਿਵੇਂ ਪਤਾ ਲੱਗਿਆ ਇਹ ਬਾਈ ਗਾਂ ਰਿਸ਼ਤੇਦਾਰੀ ਤੋਂ ਪਤਾ ਲੱਗਿਆ ਵੀ ਆਪਣੇ ਇਧਰ ਭੋਲੇ ਮਿਸਤਰੀ ਤੋਂ ਕੰਮ ਕਰਾਇਆ ਸੀ ਠੀਕ ਹੈ ਹਾਂਜੀ ਇਹ ਗਾਂ ਦੱਸ ਪਈ ਸੀ ਵੀ ਇੱਥੇ ਬਰਨਾਲੇ ਤਿਆਰ ਕਰਦੇ ਆ ਬਾਕੀ ਵੀਡੀਓਆਂ ਵੇਖੀਆਂ ਸੀ ਠੀਕ ਹੈ YouTube ਤੇ ਠੀਕ ਹੈ ਹਾਂ ਬਾਕੀ ਬਹੁਤ ਟਾਈਮ ਦਾ ਚਾਹ ਸੀ ਵੀ ਤਿਆਰ ਕਰਾਉਣ ਨਿੱਕੇ ਹੁੰਦੇ ਤੇ ਸੀ ਠੀਕ ਇਹ ਬਾਈ ਮਿਸਤਰੀ ਨੇ ਹਾਂ ਬਾਈ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਜੀ ਕਿੱਥੋਂ ਜੀ ਤੁਸੀਂ ਬਰਨਾਲੇ ਤੋਂ ਠੀਕ ਹੈ ਤੇ ਬਾਈ ਹੁਣਾਂ ਨਾਲ ਫਿਰ ਬਰਨਾਲੇ ਵੀਡੀਓ ਦੇਖ ਕੇ ਮੇਲ ਹੋ ਗਿਆ मेहनत कर लग गया डेढ़ महीना मतलब साल ਕਰ ਦਿੰਨੋ 10 ਟਰੈਕਟਰਾਂ ਦੇ ਕਰੀਬ ਤਿਆਰ ਹਾਂ ਹਾਂ ਕਰ ਦਿੰਨੇ ਠੀਕ ਹੈ ਤੇ ਲੋ ਵੀ ਤੇ ਇਹ ਬਾਈ ਹੈਗੇ ਨੇ ਦੋਦਾ ਕੋਣੀ ਤੋਂ ਤੇ ਇਹਦੇ ਬਾਰੇ ਹੁਣ ਆਪਾਂ ਸਾਰੀ ਫੁੱਲ ਡਿਟੇਲ ਲਵਾਂਗੇ ਵੀ ਕੀ ਬਾਈ ਉਹਨਾਂ ਨੇ ਇਹਦੇ ਵਿੱਚ ਬਦਲਾਅ ਕੀਤਾ ਹੈਗਾ ਕਿਹੜੀ ਚੀਜ਼ ਇਹਦੇ ਵਿੱਚ ਨਵੀਂ ਲਾਈ ਹੈ ਕਿਹੜੀ ਚੀਜ਼ ਇਹਦੇ ਵਿੱਚ ਬਾਈ ਉਹਨਾਂ ਨੇ ਉਮੀਦ ਜਿਹੜੀ ਪੁਰਾਣੀ ਦੀ ਰਿਪੇਅਰ ਕੀਤੀ ਹੈਗੀ ਆ ਲਓ ਬਾਈ ਮਿੱਤਰੋ ਬਾਈ ਤੋਂ ਪੁੱਛਦੇ ਆ ਆਪਾਂ ਇਹਦੇ ਬਾਰੇ ਸਾਰਾ ਕੁਝ ਤੇ ਹਾਂਜੀ ਬਾਈ ਕੀ ਗੱਲਬਾਤ ਆ ਬਾਈ ਇਹਦੀ ਫਿਰ ਆਪਾਂ ਕਰਦੇ ਆ ਬਾਈ ਇਹਦੇ ਟਾਇਰਾਂ ਤੋਂ ਸਟਾਰਟ ਕੀ ਟਾਇਰਾਂ ਦਾ ਕੀ ਸਾਇਜ਼ ਆ ਬਾਈ ਜਿਵੇਂ ਅੱਜ ਕੱਲ ਇਹ ਟਾਇਰ ਜ਼ਿਆਦਾ ਹੀ ਚੱਲਦੇ ਹੁੰਦੇ ਆ ਹਨਾ ਕੀ ਗੱਲਬਾਤ ਆ ਇਹ ਇਹ ਬਾਈ ਪਹਿਲੀ ਗੱਲ ਤਾਂ ਆਪਾਂ ਜਿਹੜੇ ਕਹਿੰਦੇ ਜਹਾਜ਼ ਵਾਲੇ ਟਾਇਰ ਨੇ ਜੀ ਉਹ ਟਾਇਰ ਨੇ ਵੀਰੇ ਦੇ ਇਹਦੇ ਰਿੰਮ ਆਪਾਂ ਮੋਡੀਫਾਈ ਕਰਕੇ ਦੂਜੇ ਪਾਏ ਥਾਰ ਵਾਲੇ ਪਾਏ ਨੇ ਠੀਕ ਹੈ ਵੀਰੇ ਠੀਕ ਹੈ ਹਾਂਜੀ ਵੱਡੇ ਟਾਇਰਾਂ 'ਚ ਵੀਰੇ 1000 ਨੰਬਰ ਦੇ ਟਾਇਰ ਨੇ ਜੀ ਠੀਕ ਹੈ 1000 ਨੰਬਰ ਟਾਇਰ ਕਹਿ ਸਕਦੇ ਆਪਾਂ 1000 ਨੰਬਰ ਟਾਇਰ ਕਹਿ ਸਕਦੇ ਆ ਮੰਗ ਲੈ ਕਰੇ ਅੰਕਲ ਠੀਕ ਹੈ ਉਸ ਤੋਂ ਬਾਅਦ ਇਹ ਮਗਲੇ ਟਾਇਰ ਆ ਗਏ ਵੀਰੇ ਇਹ 16 ਦੇ ਪਾਏ ਨੇ ਆਪਾਂ ਜੀ ਬਿਲਕੁਲ ਰੈਨਰ ਰਿੰਮ ਨੇ ਦੇ ਠੀਕ ਹੈ ਨਾ ਤੇ ਬਾਕੀ ਤੁਸੀਂ ਟਾਇਰ ਵੀ ਦੇਖ ਰਹੇ ਹੋ ਨਵੇਂ ਪਾਏ ਨੇਗੇ ਠੀਕ ਹੈ ਨਾ ਵੀਰੇ ਉਸ ਤੋਂ ਬਾਅਦ ਲਾਈਟਾਂ ਇਹਦੀਆਂ ਸਾਰੀਆਂ ਐਲਈਡੀ ਲਵਾਈਆਂ ਨੇਗੀਆਂ ਠੀਕ ਹੈ ਨਵੇਂ ਮਾਡਲ ਚ ਨਿਊ ਮਾਡਲ ਚ ਬਾਕੀ ਇਹਦਾ ਜਿੰਨਾ ਸਮਾਨ ਲੱਗਿਆ ਵੀਰੇ ਪੇਂਟ ਚ ਜਿਹੜਾ ਪੇਂਟ ਹੋਣਾ ਸੀ ਪੇਂਟ ਹੋਇਆਗਾ ਬਾਕੀ ਸਾਰਾ ਸਮਾਨ ਆਪਾਂ ਇੱਕ ਕੋਟ ਕਰਾ ਕੇ ਲਵਾਇਆ ਕੋਈ ਸਮਾਨ ਆਹਾ ਚੀਜ਼ ਕੋਈ ਨਵੀਂ ਲਾਈ ਵੀਰੇ ਦੀ ਰੈਜਨਲ ਚੀਜ਼ਾਂ ਨੇ ਸਾਰੀਆਂ ਕਿੱਲੀਆਂ ਕੁੱਲੀਆਂ ਸਾਰੀਆਂ ਰੈਜਨਲ ਪਹਿਲਾਂ ਵਾਲੀਆਂ ਹੀ ਨੇਗੀਆਂ ਇਹ ਸਾਰੀਆਂ ਜਿੰਕ ਕੋਟ ਹੋਈਆਂ ਨੇ ਠੀਕ ਹੈ ਠੀਕ ਹੈ ਵੀਰੇ ਬਾਕੀ ਆ ਬਾਈਆਂ ਨੇ ਆਪਦੀ ਮਿਹਨਤ ਕਰਵਾਈ ਹੈਗੀ ਜਿਹੜਾ ਉਧਰ ਲਵਾਇਆ ਬਾਈਆਂ ਨੇ ਠੀਕ ਹੈ ਜੀ ਹਾਂਜੀ ਠੀਕ ਹੈ ਬਾਕੀ ਵੀਰੇ ਆਪਣਾ ਸਟicker ਵੀ ਲਵਾਇਆ ਹੋਇਆ ਨਾਲ ਇਹਦੀ ਵੀ ਨਿਗਾਹ ਮਰਵਾ ਦਿਓ ਇੱਕ ਵਾਰ ਤੁਸੀਂ ਠੀਕ ਹੈ ਇਸ ਤੋਂ ਬਾਅਦ ਬਾਈ ਆਪਾਂ ਆ ਜੋ ਜੀ ਇਹ ਲਾਏ ਨੇ ਆਪਾਂ ਇਹਦੇ ਬਣਾ ਕੇ ਪਲੇਟਫਾਰਮ ਜੀ ਠੀਕ ਹੈ ਠੀਕ ਆ ਇਹ ਸਾਡੇ ਅੰਕਲ ਜੀ ਨੇ ਡੈਂਟਰ ਜੀ ਉਧਰ ਮੜਿਆ ਦਿਖਾ ਦਿਓ ਉਹਨਾਂ ਨੂੰ ਵੀ ਇੱਕ ਵਾਰੀ ਉਹ ਵੀ ਨਿਗਾਹ ਜ਼ਰੂਰ ਹੋਣੀ ਚਾਹੀਦੀ ਨੇ ਹੋਰ ਬਾਈ ਕੀ ਹਾਲ ਆ ਜੀ ਠੀਕ ਹੈ ਲੋ ਵੀ ਆਪਣੀ ਜਿਹੜੀ ਪਹਿਲਾਂ ਜਿਹੜੀ ਵੀਡੀਓ ਆਈ ਆ ਹਨਾ ਤੇ ਬਾਈ ਉਹ ਵੀਡੀਓ 'ਚ ਹੈਗੇ ਨੇ ਤੇ ਬਾਈ ਫਿਰ ਕਿੰਨਾ ਟਾਈਮ ਮਿਹਨਤ ਲੱਗੀ ਫਿਰ ਤੁਹਾਡੀ ਡੈਂਟਿਕ ਪੇਂਟਿੰਗ ਤੇ ਇਹ ਤਾਂ 2 ਮਹੀਨੇ ਲੱਗੇ ਜੀ 2 ਮਹੀਨੇ ਲੱਗੇ ਜੀ ਇੱਥੇ ਠੀਕ ਹੈ ਕੀ ਕੀਤਾ ਬਾਈ ਫਿਰ ਤੁਸੀਂ ਇਹਦਾ ਇਹਦੇ ਪਲੇਟਫਾਰਮ ਹੋ ਗਈ ਠੀਕ ਹੈ ਇਹਦਾ ਵਾਰੰਟ ਹੋ ਗਿਆ ਜੀ ਉੱਪਰ ਖੁੱਲਦਾ ਜੀ ਠੀਕ ਹੈ ਹਾਂਜੀ
ਖੋਲ ਕੇ ਦਿਖਾਓ ਭਾਈ ਹਾਂ ਇਹ ਤੋਂ ਖੋਲ ਲੈਂਦੇ ਇਹ ਭਾਈ ਜੌਂਡੀਅਰ ਮਾਂਗ ਕਰਿਆ ਜੀ ਆਪਾਂ ਖੋਲਦਾ ਠੀਕ ਹੈ ਜੀ ਠੀਕ ਹੈ ਜੌਂਡੀਅਰ ਵਾਂਗੂ ਖੋਲਦਾ ਹਾਂ ਜੌਂਡੀਅਰ ਮਾਂਗ ਖੋਲਦਾ ਕਰਿਆ ਜੀ ਇਹ ਠੀਕ ਹੈ ਕੋੜਾ ਬੰਪਰ ਹੋ ਗਿਆ ਜੀ ਇਹਦੇ ਕਿੰਨੇ ਕਿਲੋ ਦਾ ਬੰਪਰ ਹੈ ਭਾਈ ਇਹ ਇਹ ਹੈਗਾ ਜੀ 80 ਕਿਲੋ ਦਾ ਜੀ ਕੁਆਂਟਲ ਦੇ ਕਰੀਬ ਹੋ ਜਾਂਦਾ ਜੀ ਠੀਕ ਹੈ ਹਾਂ ਤੇ ਇਹਦੀਆਂ ਜਿਹੜੀਆਂ ਮੂਰਲੀਆਂ ਲਾਈਟਾਂ ਭਾਈ ਇਹਨਾਂ ਦੀ ਗੱਲਬਾਤ ਆ ਲਾਈਟਾਂ ਭਾਈ ਵੱਡੀਆਂ ਲੱਗੀਆਂ ਨੇ ਇਹਦੇ ਥਾਰ ਵਾਲੀਆਂ ਲਾਈਟਾਂ ਲੱਗੀਆਂ ਵੇ ਨਹੀਂ ਇਹਦੇ ਇਹ ਠੀਕ ਆ ਬਾਈ ਨੇ ਬਹੁਤ ਰੀਜਨਲ ਲਵਾਈਆਂ ਨੇ ਆਪਦੀ ਉਸ ਨਾਲ ਜਿਵੇਂ ਬਾਈ ਦੀ ਚੁਆਇਸ ਸੀ ਆਪਾਂ ਉਵੇਂ ਕਰਾਈ ਇਹ ਰੰਗ ਠੀਕ ਹੈ ਜੀ ਬਾਕੀ ਵੀਰੇ ਸਾਰੇ ਇਹਦੇ ਟੂਕੇ ਪੇਂਟ ਹੋਇਆ ਬਾਈ ਲਾ ਇੰਜਨ ਤੋਂ ਕੱਲੀ ਕੱਲੀ ਚੀਜ਼ ਟੂਕੇ ਪੇਂਟ ਚ ਹੋਈ ਵੀ ਆ ਠੀਕ ਹੈ ਨਾ ਜੀ ਇਹ ਅੱਜ ਆਪਣੇ ਕੋਲੇ ਬਾਈ ਬਸ ਦੁਬਾਰੇ ਲੈ ਕੇ ਆਏ ਸੀ ਅੱਜ ਇਹ ਪਿੰਡ ਲੈ ਕੇ ਜਾ ਰਹੇ ਨੇਗੇ ਇਹਦਾ ਬਾਕੀ ਸਾਰਾ ਕੰਮ ਲਾਈਟਾਂ ਫੈਟਾ ਸਾਰਾ ਕੰਮ ਹੋ ਕੇ ਆਇਆਗਾ ਠੀਕ ਹੈ ਠੀਕ ਹੈ ਨਾ ਜੀ ਤੇ ਬਾਕੀ ਇਹਦੇ ਬਾਰੇ ਜਿਹੜਾ ਇੰਜਨ ਦੀ ਜਾਣਕਾਰੀ ਉਹ ਤੁਹਾਨੂੰ ਸਾਡੇ ਮਿਸਤਰੀ ਜੀ ਦੇਣਗੇ ਭੋਲਾ ਸਿੰਘ ਜੀ ਠੀਕ ਹੈ ਨਾ ਜੀ ਅੱਜ ਤੁਹਾਨੂੰ ਉਹਨਾਂ ਨਾਲ ਹੀ ਮਿਲਾ ਦਿੰਦੇ ਆ ਹਾਂਜੀ ਮਿਸਤਰੀ ਜੀ ਕੀ ਗੱਲਬਾਤ ਹੈ ਇਹਦੀ ਇੰਜਨ ਦੀ ਜੀ ਕੀ ਬਦਲਾ ਕੀਤਾ ਤੁਸੀਂ ਇਹਦੇ ਚ ਇਹਦਾ ਇੰਜਨ ਜੀ ਆਪਾਂ ਡੀਆਈ ਕਰਿਆਗਾ ਠੀਕ ਹੈ ਤੇ ਸਾਰਾ ਟੋਟਲ ਕੰਮ ਆਪਾਂ ਆਪ ਕਰਿਆਗਾ ਪਾਵਰ ਸਟੀਅਰਿੰਗ ਤੋਂ ਲਾ ਠੀਕ ਹੈ ਤੇ ਸੋਨਾ ਲਿਕਾ ਸਮਾਨ 75 ਵਾਲੇ ਦਾ ਠੀਕ ਹੈ ਟੋਟਲ ਗੇਅਰ ਦਾ ਕੰਮ ਤੇ ਕਰੋਮ ਪਿਨੀਅਨ ਦਾ ਕੰਮ ਲਿਫਟ ਦਾ ਕੰਮ ਪਿਛਲੇ ਚੱਕਿਆਂ ਦਾ ਐਕਸਲ ਦਾ ਠੀਕ ਹੈ ਮੂਹਰਲੇ ਹਿੱਸੇ ਦਾ ਕੰਮ ਮੂਹਰੇ ਤੋਂ ਲਾ ਕੇ ਪਿੱਛੇ ਤੱਕ ਜਾਨੀ ਟੋਟਲ ਕੰਮ ਕਰਿਆ ਠੀਕ ਹੈ ਹਾਂਜੀ ਕੱਲੇ ਇੰਜਨ ਦੇ ਕੰਮ ਤੇ ਬਾਈ ਕਿੰਨਾ ਟਾਈਮ ਲੱਗ ਗਿਆ ਸੀ ਇੰਜਨ ਦੇ ਕੰਮ ਤੇ ਲੱਗ ਜਾਂਦੇ ਜੀ 15 ਕੁ ਦਿਨ ਠੀਕ ਹੈ ਹਾਂ ਅੱਛਾ ਕੱਲਾ ਕੱਲਾ ਪਾਰਟ ਤੁਸੀਂ ਖੋਲ ਕੇ ਪੂਰਾ ਕੀਤਾ ਜੀ ਰੀਜਨਲ ਕੰਮ ਹਾਂਜੀ 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 ਠੀਕ ਹੈ ਜਿਵੇਂ ਹੁਣ ਪੰਪ ਤਾਂ ਨਵੇਂ ਹੀ ਲੱਗ ਗਿਆ ਜੀ ਠੀਕ ਹੈ ਸਾਰੀ ਕਟ ਇਹ ਨਵੀਂ ਆ ਗਈ ਤੇ ਪਾਵਰ ਸਟੀਅਰਿੰਗ ਮੰਨ ਕੇ ਚਲੋ ਵੀ 3-4 ਦਿਨ ਇਹਦੇ ਤੇ ਲੱਗ ਜਾਂਦੇ ਨੇ ਜੀ ਠੀਕ ਹੈ ਜੀ ਤੇ ਸੁੱਕਾ ਏਅਰ ਗਿੰਡਰ ਲਾਤਾ ਜੀ ਤੇ ਹਿੱਸੇ ਦਾ ਕੰਮ ਹੋ ਗਿਆ ਜੀ ਠੀਕ ਹੈ ਕਲੱਚ ਦਾ ਗੇਅਰ ਦਾ ਠੀਕ ਹੈ ਤੇ ਲਿਫਟ ਦਾ ਕੰਮ ਹੋਇਆ ਜੀ ਠੀਕ ਹੈ ਸਾਰੀ ਲਿਫਟ ਖੋਲ ਕੇ ਤੇ ਥੱਲੋਂ ਲਿਫਟ ਪੰਪ ਸਾਰਾ ਖੋਲ ਕੇ ਤੇ ਫੇਰ ਸੈੱਟ ਕੀਤਾ ਹਾਂਜੀ ਹਾਂ ਕੱਲੀਆਂ ਕੱਲੀਆਂ ਟੂਪਾਂ ਠੀਕ ਹੈ ਖੋਲ ਕੇ ਮਤਲਬ ਸਾਰੇ ਐਕਸਲ ਉਕਸਲ ਨਵੇਂ ਪਾ ਕੇ ਕੱਲਾ ਕੱਲਾ ਨਟ ਖੋਲ ਕੇ ਮਤਲਬ ਠੀਕ ਹੈ ਸਾਰਾ ਤਿਆਰ ਕੀਤਾ ਠੀਕ ਹੈ ਤੇ ਇਹਦੇ ਉੱਪਰੋਂ ਉੱਪਰੋਂ ਆਪਾਂ ਸਾਰਾ ਮਤਲਬ ਜਿਵੇਂ 2 ਲੈਂਟ ਵਾਲੀ ਟੈਂਕੀ ਲਾਤੀ ਜੀ ਤੇ ਆ ਉੱਪਰੋਂ ਤੁਹਾਨੂੰ ਸਾਹਮਣੇ ਫਿਟਿੰਗ ਤਾਂ ਤੁਹਾਨੂੰ ਦੇਸੀ ਰਹੀ ਆ ਜੀ ਸਾਰੀ ਫਿਟਿੰਗ ਬੜੀ ਰੀਜਨਲ ਕੀਤੀ ਹੈ ਭਾਈ ਹਾਂਜੀ 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 ਠੀਕ ਹੈ ਤੇ ਮੂਰੇ ਸੁੱਕਾ ਏਅਰ ਗਿੰਡਰ ਲਾਤਾ ਜੌਂਡੀਅਰ ਵਾਲਾ ਠੀਕ ਹੈ ਵੱਡੇ ਹਾਰਨ ਲਾਤੇ ਭਾਈ ਉਹਨਾਂ ਨੇ ਹਾਂਜੀ ਹਾਂਜੀ ਉਹਦਾ ਬਸ ਤਮੰਨਾ ਸ਼ੌਂਕ ਆ ਆਪਦਾ ਹਾਂ ਸ਼ੌਂਕ ਆ ਜੀ ਉਹ ਜਿਵੇਂ ਕਹਿੰਦਾ ਗਾ ਕਿ ਤੁਸੀਂ ਉਵੇਂ ਹਾਂ ਹਾਂ ਉਵੇਂ ਕਰ ਠੀਕ ਹੈ ਆ ਜੋ ਵੀ ਹੁਣ ਤੁਹਾਨੂੰ ਮਿਸਤਰੀ ਸਾਹਿਬ ਨਾਲ ਪਿੱਛੋਂ ਦਿਖਾਉਣੇ ਆ ਤੇ ਅੱਛਾ ਲਿੰਕਾਂ ਦਾ ਫਿਰ ਕੀ ਗੱਲਬਾਤ ਆ ਜੀ ਲਿੰਕਾਂ ਸਾਰੀਆਂ ਮਤਲਬ ਆਪਾਂ ਨਵੀਆਂ ਪਾਈਆਂ ਜੀ ਕੱਲੀਆਂ ਆ ਸਵਰਾਜ ਵਾਲੇ ਪਾਏ ਨੇ ਜੀ ਠੀਕ ਹੈ ਤੇ ਬਾਕੀ ਆ ਸਪੋਰਟਾਂ ਆਪਾਂ ਇਹ ਵਿੰਗੇ ਹੋ ਜਾਏ ਇੱਥੋਂ ਠੀਕ ਹੈ ਆ ਸਪੋਰਟਾਂ ਲਵਾਈਆਂ ਨੇ ਇਹਦੇ ਨਾਲ ਠੀਕ ਹੈ ਵਿੰਗੇ ਨਾ ਹੋਣ ਠੀਕ ਹੈ ਟੋਕੇ ਜੇ ਵਿੰਗੇ ਹੋ ਜਾਂਦੇ ਸੀ ਇਹ ਠੀਕ ਹੈ ਤੇ ਆ ਚੀਜ਼ ਡਬਲ ਲਾਤਾ ਜੀ ਠੀਕ ਹੈ ਜੀ ਤੇ ਆਪਣਾ ਪੀਟੋ ਸਾਫਟ ਸਾਰਾ ਕੁਛ ਟੋਟਲ ਕੰਮ ਕਰਕੇ ਮੰਨ ਕੇ ਚੱਲੋ ਵੀ ਪਿੱਛੋਂ ਤੋਂ ਲਾ ਕੇ ਮੂਹਰੇ ਤੱਕ ਸਾਰਾ ਇਕੱਲਾ ਇਕੱਲਾ ਲੈਫਟ ਦਾ ਪੁਰਜਾ ਖੋਲ੍ਹ ਕੇ ਆਪਾਂ ਠੀਕ ਹੈ ਬੰਨਿਆ ਜੀ ਠੀਕ ਹੈ ਹਾਂ ਇੱਧਰ ਦਾ ਮੰਨ ਲਓ ਜੀ ਹੁਣ ਸੈਲਫ ਅਲਟਰਨੇਟਰ ਇਹਦਾ ਨਵਾਂ ਹੀ ਲੱਗ ਗਿਆ ਜੀ ਆ ਫਿਲਟਰ ਵੱਡੀ ਸੋਨਾ ਲੀਕ ਵਾਲੀ ਉਹ ਕਰਤੀ ਜੀ ਠੀਕ ਹੈ ਜੀ ਬ੍ਰੇਕਾਂ ਥੱਲੇ ਆ ਗਈਆਂ ਜਿਹਦੀਆਂ ਪੈਡਲ ਆਪਾਂ ਉੱਪਰ ਕਰਤੇ ਠੀਕ ਹੈ ਜੀ ਤੇ ਸਾਰਾ ਫੁੱਟ ਰੈਸਟ ਲਾ ਕੇ ਵਧੀਆ ਸ਼ੌਂਕ ਨਾਲ ਕੰਮ ਕਰਾਇਆ ਜੀ ਸਾਰਾ ਠੀਕ ਹੈ ਜੀ ਪਾਵਰ ਇਹ ਫਿਰ ਦੋਨੇ ਪਾਸੇ ਹੀ ਆ ਗਿਆ ਹਾਂ ਜੀ ਦੋਨਾਂ ਪਾਸੇ ਸੋਨਾ ਲੀਕ ਵਾਲਾ ਜੈਕ ਲਾਤਾ ਜੀ ਠੀਕ ਹੈ ਹਾਂ ਜੀ ਹਾਂ ਠੀਕ ਹੈ ਜੀ ਅਤੇ ਹੁਣ ਇਸ ਤੋਂ ਬਾਅਦ ਫਿਰ ਕਰ ਦਿਆਂਗੇ ਆਪਾਂ ਬਾਈ ਨਾਲ ਗੱਲ ਬਾਈ ਚਮਕੌਰ ਜੀ ਨਾਲ ਕਰ ਦਿਆਂਗੇ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਜੀ ਠੀਕ ਠਾਕ ਹੋ ਜੀ ਹਾਂ ਜੀ ਵਧੀਆ ਜੀ ਤੇ ਬਾਈ ਹੁਣੀ ਇਹ ਮੰਨ ਲਓ ਵੀ 25 ਸਾਲ ਤੋਂ ਬਾਈ ਹੁਣਾਂ ਦਾ ਟਰੈਕਟਰ ਮੋਡੀਫਿਕੇਸ਼ਨ ਦੇ ਵਿੱਚ ਹਾਂਜੀ 28 ਸਾਲ ਠੀਕ ਹੈ 28 ਸਾਲ 'ਚ ਨਾ ਚੱਲਦਾ ਹੋਣਾ ਬਾਈ ਉਹਨਾਂ ਦਾ ਇੱਥੇ ਸੰਘੇੜੇ ਦੇ ਵਿੱਚ ਤੇ ਇਹ ਗੱਲ ਦੱਸੋ ਬਾਈ ਵੀ ਜੋ ਤੁਸੀਂ ਟਰੈਕਟਰ ਮੋਡੀਫਾਈ ਕਰਦੇ ਹੋ ਨਾ ਤੇ ਵੀ ਆਪ ਵੀ ਛੱਡ ਆਉਣੋ ਕਿ ਇੱਥੋਂ ਆਪ ਵੀ ਲੈ ਜਾਂਦਾ ਗਾਹਕ ਕੀ ਗੱਲ ਜਿਵੇਂ ਅਗਲੇ ਦੀ ਇੱਛਾ ਹੁੰਦੀ ਹੈ ਜੀ ਜਿਵੇਂ ਕਹਿ ਦਿੰਦਾ ਆਪਾਂ ਉਵੇਂ ਕਰ ਲੈਂਦੇ ਹਾਂ ਜੇ ਅਗਲਾ ਕਹਿ ਦਿੰਦਾ ਵੀ ਤੁਸੀਂ ਟਰੈਕਟਰ ਲੈ ਜਾਓ ਫਿਰ ਆਪਾਂ ਬੰਦਾ ਭੇਜ ਦਿੰਦੇ ਹਾਂ ਬੰਦਾ ਉਸੇ ਐਡਰੈਸ ਤੇ ਪਹੁੰਚ ਜਾਂਦਾ ਠੀਕ ਹੈ ਆਪਾਂ ਉੱਥੇ ਭੇਜ ਬਾਈ ਜੀ ਤੁਹਾਨੂੰ ਮੈਂ ਟਰੈਕਟਰ ਬਾਰੇ ਹੋਰ ਦੱਸਦਾ ਹੁਣ ਮੇਰੇ ਬੇਟੇ ਨੇ ਵੀ ਦੱਸਿਆ ਸੀਗਾ ਮੈਂ ਵੀ ਤੁਹਾਨੂੰ ਦੱਸਦਾ ਇੱਕ ਤਾਂ ਆਪਾਂ ਪੈਰਦਾਨ ਫਲੈਟ ਲਾਤੇ ਜੀ ਇਹਦੇ ਸਾਰੀ ਸਹੂਲਤ ਦਿੱਤੀ ਅਸੀਂ ਸਿਲਾ ਤੇ ਰੀਜਨਲ ਮੀਟਰ 86 ਮਾਡਲ ਦਾ ਹੀ ਮੀਟਰ ਲਾਇਆ ਜੀ ਆਪਾਂ ਠੀਕ ਹੈ ਰੀਜਨਲ ਨਾਲ ਦਾ ਹੀ ਆ ਤੇ ਆ ਸੀਟ ਲਾਤੀ ਜੀ ਠੀਕ ਹੈ ਜੀ ਸੋਨਾ ਲੀਕਾ ਦੀ ਸੀਟ ਆ ਗਈ ਹਾਂਜੀ ਹਾਂਜੀ
ਇਹਦੇ ਸੋਨਾ ਲਿੱਕਾ ਦੀ ਜਿੱਕ ਜੁੱਕ ਸਾਰਾ ਕੁਝ ਲੱਗਿਆ ਹੋਇਆ ਜੀ। ਹਾਂ ਜੀ, ਮੇਰੇ ਮਿਸਤਰੀ ਸਾਹਿਬ ਨੇ ਦੱਸਿਆ ਜੀ। ਹਾਂ, ਤੇ ਬੈਟਰੀ ਬਾਕਸ ਇਹਦਾ ਥੱਲੇ ਆ ਗਿਆ ਜੀ? ਥੱਲੇ ਕਰਤਾ ਬਾਈ, ਇਹ ਦੁਨਿਆ ਨਟ ਖੁੱਲ ਕੇ ਬਾਹਰ ਨਿਕਲ ਆਉਂਦਾ, ਬੈਟਰੀ ਨਿਕਲ ਆਉਂਦੀ ਹੈ ਜੀ। ਘਰੀ ਜਿਵੇਂ ਮਰਜ਼ੀ ਬਦਲੀ ਬੁਦਲੀ, ਜਿਵੇਂ ਮਰਜ਼ੀ, ਗਾਹਕ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਇਹਦੇ 'ਚ। ਠੀਕ ਹੈ। ਆਹ ਜਿਹੜੇ ਬੇਟ ਨੇ, ਅਗਲਾ ਮਸਾਲਾ ਮਸੂਲਾ ਪੱਟੀ ਭਰ ਦਿੰਦਾ ਜੀ, ਜਦੋਂ ਨਟ ਖੋਲਦੇ ਆ ਉਹ ਟੱਕ ਪੈ ਜਾਂਦੇ ਨੇ, ਮਸਾਲਾ ਨਿਕਲ ਜਾਂਦਾ। ਆਪਾਂ ਓਰਿਜਨਲ ਹੀ ਲੁੱਕ ਰੱਖੀ ਹੈ ਇਹਦੀ। ਠੀਕ ਹੈ। ਆਹ ਡੰਡੇ ਲਾਤੇ ਜੀ ਸਟੀਲ ਵਾਲੇ। ਆਹ ਲਾਈਟਾਂ ਉਹਦੀਆਂ ਲਾਤੀਆਂ ਅਰਜਨ ਦੀਆਂ, ਨੋਵੋ ਦੀਆਂ। ਆਹ ਲਾਈਟ ਦੂਜੀ ਲਾਈ ਹੈ ਜੀ ਆਪਾਂ, ਪਿਛਲੀ ਵੱਡੀ ਲਾਈਟ ਆ ਗਈ। ਹਾਂਜੀ ਹਾਂਜੀ, ਠੀਕ ਹੈ। ਤੁਸੀਂ ਬਾਕੀ ਆਪ ਹੀ ਜਾਣੀ ਜਾਣੋ, ਲੁੱਕ ਦੇਖ ਲਓ ਤੁਸੀਂ, ਆਪ ਹੀ ਦੇਖ ਕੇ ਸਮਝ ਜਾਓਗੇ ਬਾਈ। ਆਹ ਡੈੱਕ ਵੀ ਬਾਈ ਕਹਿੰਦਾ ਛੋਟਾ ਹੀ ਲਾਉਣਾ ਆਪਾਂ, ਡੈੱਕ ਵੀ ਛੋਟਾ ਲਵਾਇਆ। ਤੇ ਮਿਊਜ਼ਿਕ ਸਿਸਟਮ ਦੇ ਸ਼ਕੀਨ ਹੈ ਨਹੀਂ ਬਾਈ? ਬਸ ਜਿਵੇਂ ਬਜ਼ੁਰਗਾਂ ਦੀ ਉਹਨਾਂ ਦੀ ਉਹ ਆ, ਉਵੇਂ ਉਹਨਾਂ ਨੇ ਚੱਲੇ ਨੇ ਮੰਨ ਕੇ। ਛਤਰੀ ਵੀ ਸਿੰਪਲ ਹੀ ਲਾਈ ਹੈ ਅਤੇ ਬਾਲੇ ਪੈਸੇ ਨਹੀਂ ਲਾਏ ਹੈਗੇ ਛਤਰੀ 'ਤੇ। ਜਿਵੇਂ ਆਪਾਂ ਨੂੰ ਕਹਿ ਤਾ ਆਪਾਂ ਉਵੇਂ ਚੀਜ਼ ਲਾ ਕੇ ਦੇ ਦਿੰਦੇ ਅਗਲੇ ਨੂੰ। ਐਂ ਨਹੀਂ ਹੈਗਾ ਵੀ ਆਪਾਂ ਅਗਲੇ ਦੇ ਦਬਾਅ ਪਾਉਂਦੇ ਵੀ ਆਹ ਲਾਓ ਜੀ ਆਹ ਲਾਓ। ਜਿੰਨੇ ਕੁ ਅਗਲੇ ਨੇ ਪੈਸੇ ਲਾਉਣੇ ਆਪਾਂ ਉਨੇ ਕੁ ਪੈਸੇ ਲਵਾਉਂਦੇ ਹਾਂ। ਇੱਧਰ ਵੀ ਸਟੀਅਰਿੰਗ ਲਾਤਾ ਜੀ। ਹਾਂ ਜੀ, ਇੱਧਰ ਵੀ ਬੈਟਰੀ ਬਾਕਸ ਉਵੇਂ ਆ, ਚਾਹੇ ਦੋਨਾਂ ਪਾਸੇ ਬੈਟਰੀ ਧਰ ਲੈਣ। ਅੱਛਾ, ਇੱਕ ਪਾਸੇ ਆਪਸ਼ਨ ਦੇ ਦਈਏ? ਹਾਂ, ਕਈ ਵਾਰ ਵਗੈਰਾ ਵੱਡਾ ਲਵਾ ਲੈਂਦੇ ਨੇ। ਹਾਂਜੀ, ਉਹਦੇ ਵਾਸਤੇ ਫਿਰ ਬੈਟਰੀ ਐਕਸਟਰਾ ਲਾ ਦਈਏ। ਠੀਕ ਹੈ। ਇਹ ਸਾਰਾ ਜਿੰਕ ਕੋਟ ਕਰਾਇਆ ਜੀ ਆਪਾਂ। ਠੀਕ ਹੈ ਜੀ, ਜਿੰਕ ਕੋਟ ਕਰਾ ਕੇ ਸਾਰਾ ਸਮਾਨ ਜਿੰਕ ਕੋਟ ਕਰਾਇਆ। ਇਹਦਾ ਓਰਿਜਨਲ ਹੀ ਸਮਾਨ ਆ ਇਹ। ਠੀਕ ਹੈ, ਓਰਿਜਨਲ ਸਮਾਨ ਹੀ ਜਿੰਕ ਕੋਟ ਕਰਾਇਆ। ਨਟ ਨੁਟ ਸਾਰੇ, ਜਿੰਨਾ ਪਾਈਪਾਂ ਸਾਈਪਾਂ ਸਭ ਜਿੰਕ ਕੋਟ ਹੀ ਕਰਾਈਆਂ ਨੇ। ਠੀਕ ਹੈ, ਮਤਲਬ ਜਿਹੜਾ ਕੰਮ ਜਿੰਨਾ ਤੁਹਾਡੇ ਹੱਥ 'ਚ ਜੀ ਤੁਸੀਂ ਗਰਦ ਕਰਤੀ? ਹਾਂ ਜੀ, ਬਾਕੀ ਕਰਨਾ ਤਾਂ ਮਾਲਕ ਨੇ ਹੁੰਦਾ ਜੀ, ਆਪਾਂ ਤਾਂ ਕੀ ਕਰਨ ਵਾਲੇ ਹਾਂ। ਮਾਲਕ ਕਰਾਉਂਦਾ ਆਪਾਂ ਕਰ ਦਿੰਦੇ ਹਾਂ ਜੀ। ਜੀ ਠੀਕ ਹੈ ਜੀ। ਉਹ ਬਈ ਮੈਨੂੰ ਨਹੀਂ ਲੱਗਦਾ ਹੁਣ ਨਾਟ 11 ਬਾਰੇ ਕੁਛ ਰਹਿ ਗਿਆ ਉਹ ਦੱਸਣ ਵਾਲਾ, ਬਾਕੀ ਤੁਹਾਡੇ ਕਮੈਂਟ ਦੱਸਣਗੇ ਕੀ ਕੁਛ ਰਹਿ ਗਿਆ, ਕੀ ਗੱਲਬਾਤ ਹੈ ਇਹਦੀ। ਅਤੇ ਬਾਕੀ ਜਿੰਨਾ ਕੁ ਬਾਈ ਉਹਨਾਂ ਨੂੰ ਸ਼ੌਂਕ ਸੀਗਾ ਬਾਈ ਉਹਨਾਂ ਨੇ ਉਨਾ ਕੁ ਮੋਡੀਫਾਈ ਕੀਤਾ ਹੈਗਾ। ਅਤੇ ਇੱਧਰ ਇੱਕ ਫੋੜ ਖੜਾ, ਹਾਂਜੀ ਬਾਈ ਇਹਦੀ ਗੱਲਬਾਤ ਹੈ ਜੀ, ਇਹ ਵੀ ਕਰਨਾ ਮੋਡੀਫਾਈ ਜੀ? ਠੀਕ ਹੈ, ਇਹ ਵੀ ਤਿਆਰ ਕਰਨਾ ਜੀ ਆਪਾਂ, ਇਹਦੀ ਵੀ ਲੁੱਕ ਬਣਾਵਾਂਗੇ, ਤੁਹਾਨੂੰ ਦਿਖਾਵਾਂਗੇ ਜੀ। 4x4 ਆ ਗਿਆ? ਹਾਂਜੀ, 4x4 ਆ। ਆਹ ਲਾਈਟਾਂ ਨਵੇਂ ਮਾਡਲ ਜਿਹਾ ਬਣਾ ਤਿਆਰ ਕਰਿਆ ਸਾਰਾ, ਮੱਥਾ ਮੁੱਥਾ ਸੋ ਸੂ ਸਭ ਸਾਰੀ ਡੈਂਟਿੰਗ ਹੋ ਗਈ, ਸਾਰੀ ਡੈਂਟਿੰਗ ਹੋ ਗਈ। ਉਹ ਮਗਰਾੜਲ ਠੀਕ ਹੈ? ਹਾਂਜੀ ਠੀਕ ਹੈ ਜੀ। ਇਹਦੀ ਭੱਠੀ ਬਣਾ ਕੇ ਲੱਗੀ ਜੀ ਇਹ। ਠੀਕ ਹੈ, ਆਇਲ ਕਲਿੰਡਰ ਵਾਲਾ ਜਗਾੜ ਬਣੂਗਾ ਜੀ ਅਜੇ ਸਾਰਾ ਸੈਟ। ਠੀਕ ਹੈ, ਮਤਲਬ ਇਹ ਤੇ ਹਜੇ ਲੱਗੂਗੀ 1.5-2 ਮਹੀਨੇ ਦੀ ਮਿਹਨਤ? ਹਾਂ ਜੀ, 3 ਮਹੀਨੇ ਲੱਗ ਜਾਣਗੇ ਜੀ ਇਹਨੂੰ, ਕਿਉਂਕਿ ਇਹਦਾ ਸਮਾਨ, ਇਹਦੇ ਸਮਾਨ ਜਿਹੜਾ ਤਿਆਰੀ ਕਰਨ ਵਾਲਾ, ਇਹ ਬਹੁਤ ਔਖਾ ਮਿਲਦਾ ਇਹਦਾ ਸਮਾਨ। ਠੀਕ ਹੈ, 2 ਮਹੀਨੇ ਜਿਹਦੀ ਪਛਾਣ ਨੂੰ ਹਟ ਜੂ। ਹਾਂ ਬਾਈ, ਇਹਦੀ ਵੀਡੀਓ ਵੀ ਫਿਰ ਲਿਆਵਾਂਗੇ ਜੀ ਆਪਾਂ ਸਾਰਾ। ਹਾਂ ਹਾਂ ਹਾਂ, ਸਾਰਾ ਕੁਝ ਕਰਾਂਗੇ ਜੀ। ਆਹ ਹਿੰਦੁਸਤਾਨ ਦਿਖਾਉਂਦੇ ਤੁਹਾਨੂੰ। ਚਲੋ ਜੀ, ਦੋ ਵੀ ਹਜੇ ਹਿੰਦੁਸਤਾਨ ਦੇ ਹਾਰਸ ਕਾਂਡ ਚੱਲ ਰਹੇ ਨੇ, ਤੇ ਹਿੰਦੁਸਤਾਨ ਵੀ ਬਾਈ ਫਿਰ ਅੱਜ ਕੱਲ੍ਹ ਪੂਰਾ ਟ੍ਰੈਂਡਿੰਗ 'ਚ ਰਹਿੰਦਾ। ਹਾਂ ਜੀ ਹਾਂ, ਅਤੇ ਪਹਿਲਾਂ ਜਿਵੇਂ ਅੱਜ ਜਿਵੇਂ ਕਹਿ ਦਈਏ ਆਪਾਂ 5-7 ਸਾਲ ਪਹਿਲਾਂ ਬਾਈ ਹਿੰਦੁਸਤਾਨ ਨੂੰ ਮੋਡੀਫਿਕੇਸ਼ਨ ਚੱਲਦੀ ਨਹੀਂ ਸੀਗੀ, ਹਨਾ? ਐ ਮੰਨ ਲਈ ਕੋਈ ਪੁੱਛਦਾ ਹੀ ਨਹੀਂ ਸੀ ਬਾਈ, ਪੁੱਛਦਾ ਹੀ ਨਹੀਂ ਸੀ, ਨਾਟ 11 ਨੂੰ ਵੀ ਕੋਈ ਪੁੱਛਦਾ ਨਹੀਂ ਸੀ ਬਾਈ ਜੀ। ਇਹਦਾ ਸਿੱਧੂ ਮੂਸੇ ਵਾਲੇ ਨੇ ਬਾਈ ਨੇ ਚੜਾਇਆ। ਹਾਂਜੀ, ਨਾਟ 11 ਹਿੰਦੁਸਤਾਨ ਇਹ ਬਾਈ ਨੇ ਉਸੇ ਨੇ ਸਾਨੂੰ ਬਾਈ ਦੇ ਗਾਣੇ 'ਚ ਆਉਣ ਲੱਗਿਆ, ਫੇਰ ਹੀ ਚੜ ਗਿਆ ਇਹ, ਫੇਰ ਹੀ ਲੁੱਕ ਬਣਨ ਲੱਗਿਆ, ਫੇਰ ਹੀ ਸਾਡਾ ਰੁਜ਼ਗਾਰ ਚੱਲਿਆ ਬਾਈ ਜੀ। ਹਾਂਜੀ ਠੀਕ ਹੈ, ਇਹਦਾ ਬਾਈ ਜੀ ਫਿਰ ਕੀ ਹੁਣ ਕੀਤਾ ਤੁਸੀਂ ਹੁਣ ਤੱਕ? ਇਹ 100 ਰਹਿੰਦੀ ਆ ਲਿਮੀਲੇਸ਼ਨ ਮਾਰਨ ਵਾਲੀ। ਠੀਕ ਹੈ, 85 ਰਹਿੰਦੀ ਆ ਲਿਮੀਲੇਸ਼ਨ ਕਰਨ ਵਾਲੀ, ਜਦੋਂ ਫਿੱਟ ਹੋ ਗਿਆ ਉਦੋਂ ਬਾਅਦ ਚ ਮਾਰਾਂਗੇ ਜੀ ਲਿਮੀਲੇਸ਼ਨ। ਠੀਕ ਹੈ, ਐਡਾ ਪਲੇਟਫਾਰਮ ਕਰਤਾ ਵੱਡਾ। ਹਾਂ, ਪਲੇਟਫਾਰਮ ਵੱਡਾ ਕਰਤਾ। ਠੀਕ ਹੈ, ਇਹ ਸੋਨਾ ਲਿੱਕ ਵਾਲਾ ਸਾਰਾ ਮੀਟਰ ਸਿਸਟਮ ਲਾਤਾ ਇਹਦੇ। ਠੀਕ ਹੈ, ਟੈਂਕੀ ਵੀ ਸੋਨਾ ਲਿੱਕ ਵਾਲਾ ਵਾਂਗੂ ਬਣਾ ਕੇ ਲਾਤੀ। ਠੀਕ ਹੈ, ਬਾਕੀ ਆ ਵੀਰ ਲੈਂਟਰ ਖੜਾ ਅਰਜਨ ਵਾਲੇ ਮਗਰਾੜ ਲਾਤੀ ਜਿਹਦੇ। ਹਾਂਜੀ, ਅਤੇ ਇਹ ਪਲੇਟਫਾਰਮ ਹੋ ਗਿਆ ਜੀ ਇਹਦਾ, ਇਹ ਮੀਟਰ ਲੱਗ ਗਏ ਸੋਨਾ ਲਿੱਕ ਵਾਲਾ ਜੀ। ਠੀਕ ਹੈ, ਹਾਂਜੀ ਚਾਹ ਬਣਵਾਵਾਂ ਲੱਗ ਜੂ ਬਾਈ, ਮਹੀਨਾ ਹੋ ਰਿਹਾ ਇਹਦੇ 'ਚ? ਹਾਂ ਜੀ, ਇਹਦੇ 1 ਮਹੀਨਾ ਹੋਰ ਲੱਗ ਜੂ, ਇਹ ਇਲੈਕਟ੍ਰੀਸ਼ਨ ਦੇ ਜਾਊਗਾ ਜੀ। ਠੀਕ ਹੈ, ਅਤੇ ਉਦੋਂ ਬਾਅਦ ਇਹ ਸਾਤਰੀ ਵਾਲੇ ਦੇ ਜਾਊਗਾ ਜੀ। ਠੀਕ ਹੈ, ਅਤੇ ਫਿਰ ਉਦੋਂ ਬਾਅਦ ਇਹਦੇ ਸਟਿੱਕਰ ਵਗੈਰਾ ਲੱਗਣਗੇ ਜੀ। ਠੀਕ ਹੈ, ਸਾਰਾ ਮੰਨ ਕੇ 1-7 ਥੱਲੀ ਹੁੰਦਾ ਜੀ ਕੰਮ। ਠੀਕ ਹੈ, ਹਾਂ ਠੀਕ ਹੈ। ਇੱਧਰ ਹੋਰ ਫੋੜ ਖੜਾ, ਫੋੜ ਆ ਬਈ ਹਨਾ ਵੀ? ਨਹੀਂ, ਇਹ ਵੀ ਹਿੰਦੁਸਤਾਨ। ਅੱਛਾ, ਇਹ ਵੀ ਹਿੰਦੁਸਤਾਨ ਹੀ ਆ ਗਿਆ। ਠੀਕ ਹੈ, ਠੀਕ, ਇਹ ਵੀ ਇੱਦਾਂ ਦੀ ਬਣਾਉਣਾ ਜੀ, ਇਹਦਾ ਨਾ ਥੋੜ੍ਹਾ ਜਿਹਾ ਹੋਰ ਇਹ 'ਚ ਬਦਲਾਅ ਕਰਨਾ। ਇਹਦੇ ਅਰਜਨ ਵਾਲੇ ਮਗਰਾੜ ਲੱਗਿਆ ਜੀ। ਹਾਂਜੀ, ਅਤੇ ਇਹਦੇ ਆਪਾਂ ਨੋਵੋ ਵਾਲੇ ਮਗਰਾੜ ਲਾਉਣੇ ਜੀ। ਠੀਕ ਹੈ, ਹਾਂਜੀ ਅਰਜਨ ਨੋਵੋ ਆਉਂਦਾ ਜਿਹੜਾ, ਉਹਦੇ ਮਗਰਾੜ ਲੱਗਣਗੇ। ਠੀਕ ਹੈ, ਇਹਦੀ ਟੈਂਕੀ ਲੱਗੂ ਜੀ 110 ਲੀਟਰ ਵਾਲੀ ਵੱਡੀ ਵੱਡੀ। ਹਾਂ ਜੀ ਠੀਕ ਹੈ, ਉਹਦੇ ਮੀਟਰ ਲਾਵਾਂਗੇ ਜੀ ਆਪਾਂ ਸੋਨਾ ਲਿੱਤਾ। ਠੀਕ, ਆਏ ਨਹੀਂ ਵੀ ਮਗਰ ਫਿਰ ਤੇਲ ਦੀ ਢੋਲੀ ਲਈ ਫਿਰ? ਹਾਂ ਨਾ ਨਾ ਨਹੀਂ, ਮਨ ਜੇ ਖੇਤ ਚੱਲੂਗਾ ਤਾਂ ਸਾਰੀ ਦਿਹਾੜੀ ਚੱਲੂਗਾ ਜੀ ਉਹ ਤਾਂ। ਠੀਕ ਹੈ, ਤੇਲ ਦੀ ਪ੍ਰੋਬਲਮ ਨਹੀਂ ਆਉਂਦੀ। ਇਹਦੇ ਬ੍ਰੇਕ ਚੇਂਜ ਹੋ ਗਏ ਜੀ। ਠੀਕ ਹੈ, ਹਾਂ ਜੀ
पंप आप मूहे करता जी बाबर आला सामने लगे जी ठीक है ये जैक फिट हो गया पावर आला हो गया जी ठीक है हाँ जी पहला मूहे इन्हों का आपदा लाया होगा जी जगाड़ करके कोई ठीक है आप पंप लाया इन्हों ने पहला इतने जी उदूबाद आप इतने ओरिजिनल बना के आ चीज लाई जी ठीक है हाँ जी पहला एक साइड चलता सी जैक जी हम दोनों साइडा चल दी ने जी ठीक है हाँ जी ਦੋਨੇ ਸੈਟਾਂ ਲਈ ਅੱਜ ਕੱਲ ਵੱਧ ਕਾਮਯਾਬ ਬਈ ਹਾਂ ਯਾ ਇਹ ਤੇ ਲੁਚੀ ਨਹੀਂ ਮਾਰਦੇ ਗੁਚੀ ਨਹੀਂ ਮਾਰਦੇ ਜੇ ਜਿਵੇਂ ਟੱਕਰਿਆ ਹੋਇਆ ਟਰੈਕਟਰ ਉਹਦੇ ਗੇੜਾ ਨਹੀਂ ਖਾਂਦਾ ਹੈਗਾ ਜੀ ਠੀਕ ਹੈ ਹਾਂ ਤੇ ਇਧਰੋਂ ਫਿਰ ਬਈ ਇਧਰੋਂ ਬਸ ਯਾ ਮੇਨ ਜਿਹੜੀਆਂ ਆ ਗਈਆਂ ਪੈਪਾਂ ਇਹ ਇਧਰ ਦੀ ਪਾਤੀਆਂ ਜੀ ਪਹਿਲਾਂ ਇਹ ਪਲਾਸਟਿਕ ਦੀਆਂ ਪਾਈਆਂ ਹੋਈਆਂ ਸਾਰੀਆਂ ਜੀ ਅੱਛਾ ਉਹ ਆਪਣੀਆਂ ਲੋਹੇ ਦੀਆਂ ਪੈ ਗਈਆਂ ਜੀ ਠੀਕ ਹੈ ਹਾਂ ਜੀ ਕੁਦਰਾ ਜੀ ਤੁਹਾਨੂੰ ਫੋੜ ਦਿਖਾਉਣਾ ਜੀ ਫੋੜ ਖੋਲਿਆ ਪਿਆ ਹੈਗਾ ਆਪਣਾ ਠੀਕ ਹੈ लो जी हम फोड़ को चलते हैं बई दे ठीक है बई ये बई हूँ फिर आए जी कि ये ना जी कम सारा इंजन का हो गया जी ये अंदर सारे च रंग बज गया जी अंदरों खोल के रंग बजा हुआ सारे देखो सारा बह फिट कर रहे जी ये सारा अंदर हांडी के टूपा टप्पा सारे बजा हुआ जी बच्चा ठीक है ते बस इन फिट करके दो बाद रंग लिए तैयार है बई हाँ जी सारा टुट रंग रहे जी ठीक है ठीक है बाकी रेह नाल काम होया बई सारा कोई इहदा कुछ नहीं करया आपां जमा रेह नाल सारा रेह नाल काम होया इहदा ठीक है ना जी बाकी हुण इहदा विच इहदा बंदे अपने रगड़ रड़ैया करी जांदे ने जी विच इहदा काम चली जांदा मकैनिकल दा जी ठीक है जी होर फिर बई इहदा हुण किन्ने दिन लगणगे ते इहनूं महीना क लग जूगा जी ठीक है लो भी दोस्तों ये बारे दसता बई होना हूँ आप इन्हों तो बइया तो फुल एड्रैस लें कितने जो बई ट्रैक्टर की मोडिफिकेशन करते हैं संघेड़े के जे कुछ भी रह गया हो कमेंट जरूर दस्यो तो की एड्रैस है बई थोड़ा बई एड्रैस दसन तो पहला मैं एक बार दसना चाहना भी बाकी तुम सारा काम अपना देख ही लिया है ना जी तो अपने को सारा काम जाने के फुल फुल बड़ा फुल ट्रैक्टर का काम एक साथ लिया कोई इलैक्ट्रीशियन का काम कोई मकैनिकल काम पेंट का डेंटिंग का आप कर दी करते हैं जिम्मे आह पशु दिखाया भी उच्चे करे ने प्लेटफॉर्म ये ठीक है ये सारा अपने को आपके को ही होंगे सारा काम ठीक है भी जो एक बार गाहक अपनी दुकान से एंटर हो गया भी किसी पास जाने की लड़ नहीं ठीक है कस्टमर कोई दिक्कत नहीं आने देंगे ट्रैक्टर सारा तैयार इतों ही होगा जी ठीक है बस जी ठीक है बाकी भाई अपना एड्रैस हैगा जी पहला अपनी वर्कशॉप का नाम हैगा जी डाउट पैंदा जी असी रंग वालों तो भी बिल लिया के दे सकदे आ उहदे जिहड़ा एक्स्ट्रा चार्ज लगेगा वो अगले दे देवे असी बिल देण नूं तैयार उहनां दा रंग वालों दा भी ठीक है अपनी तां इही गरंटी हुंदी है जी ठीक है बाकी भाई अपनी वर्कशॉप का नाम हैगा जी फ्रेंड्स डेंटिंग पेंटिंग पेंटर चमकौर सिंह डेंटर जीवन सिंह बरनाला रोड पिंड संघेड़ा सामने आटा जक्की नियर सरकारी स्कूल ठीक है वीरे फोन नंबर है 9872024435 9872081883 ये दोनों नंबर वीरे किहड़े मर्जी नंबर से ला के अपने तो कोई मर्जी जानकारी लै सकते हो किसी भी ट्रैक्टर बारे ठीक है जी बाकी तुसी स्कूटर तैयार करवाना वीरे कोई वह भी आप कर दें जी ठीक है तुसी थोड़ा जिहा लेट हो गया आप वीडियो पाने किन्नी हो ते अपने कोले एक स्कूटर तैयार करया सी ओ बाहर भेजा कनेडा आपां अच्छा ठीक है वो शायद खड़ा भी आ जाए पिंड उहने जाणा गा जी किन्नी तरीक नूं जाणा ते स्कूटर ने उहने 10 तरीक नूं जाणा जी बाहर अच्छा। भेजांगे जी आपां जी अपने थ्रू ही जाऊगा वो हो सकदा तां तुहानूं दुबारे बुला लांगे वीरे आपां ठीक है ना जी ते बाकी वीरे अपने कोले तुसी कोई भी जानकारी लैणी थोड़े नंबर दिंदे देते एड्रैस भी हैगा थोड़े कोले तो मर्जी जानकारी लै सकदे धन्नवाद ठीक है जी ਤੇ ਲੋ ਵੀ ਵੀਰਾਂ ਦਾ ਸੁਭਾਅ ਹੈਗਾ ਬਹੁਤ ਵਧੀਆ ਤੇ ਪਹਿਲਾਂ ਮੇਰੀ ਬਾਈ ਨਾਲ ਬਾਈ ਜੀਵਨ ਨਾਲ ਗੱਲ ਹੋਈ ਸੀਗੀ ਫੋਨ ਤੇ ਬਹੁਤ ਵਧੀਆ ਸੁਭਾਅ ਬਾਈਆਂ ਦਾ
ਤੇ ਬਾਈਆਂ ਕੋਲ ਇੱਕ ਵਾਰੀ ਜਰੂਰ ਰਾਏ ਜਰੂਰ ਲੈਣ ਆਓ ਬਾਈ ਹਨਾ ਜਰੂਰ ਜਰੂਰ ਜੀ ਕਿਉਂਕਿ ਬਾਈ ਜਦੋਂ ਟਰੈਕਟਰ ਮੋਡੀਫਾਈ ਕਰਾਉਣਾ ਹੁੰਦਾ ਨਾ ਬਹੁਤ ਡਾਊਟ ਹੁੰਦੇ ਆ ਬਾਈ ਮਨ ਚ ਵੀ ਜਮਾਈ ਜਮਾ ਜਰੂਰ ਪੁੱਛਣਾ ਚਾਹੀਦਾ ਜੀ ਹਰੇਕ ਚੀਜ਼ ਦੇ ਕੰਮ ਦਾ ਜਿਹੜੀ ਵੀ ਹੁੰਦੀ ਆ ਮੈਂ ਪੈਸੇ ਪੇੜਨ ਨਾਲ ਤਾਂ ਨਹੀਂ ਲੱਗਦੇ ਬਹੁਤ ਮਿਹਨਤ ਨਾਲ ਕਮਾਏ ਜਾਂਦੇ ਨੇ ਹਾਂਜੀ ਜਿਹੜਾ ਮਿਹਨਤ ਨਾਲ ਕਮਾਉਂਦਾ ਬਾਈ ਉਹਨੂੰ ਪਤਾ ਹੁੰਦਾ ਵੀ ਕਿਹੜੇ ਹਿਸਾਬ ਨਾਲ ਪੈਸੇ ਖਰਚਣੇ ਆ ਜੇ ਹੁਣ ਉਹ ਕਿਸੇ ਗਲਤ ਬੰਦੇ ਦੇ ਹੱਥ ਲੱਗ ਜੇ ਤਾਂ ਉਹ ਪੈਸੇ ਮਿਹਨਤ ਵੀ ਅਗਲਾ ਬਾਅਦ 'ਚ ਪਛਤਾਉਂਦਾ ਵੀ ਯਾਰ ਮੈਂ ਕਿੱਥੇ ਫਸ ਗਿਆ ਵੀ ਇਹੋ ਜਿਹੇ ਠੱਗੀ ਠੋਰੀਆਂ ਤੋਂ ਬਚੋ ਬਾਈ ਜਿਹੜਾ ਕੰਮ ਕਰਾਉਣਾ ਪਹਿਲਾਂ 10 ਦੁਕਾਨਾਂ 15 ਦੁਕਾਨਾਂ ਦੇਖ ਲਓ ਵੀ ਕਿਹੜਾ ਕੰਮ ਵਧੀਆ ਕਰਦਾ ਜਾਣਕਾਰੀ ਲੈ ਲਓ ਉਹਦੇ ਵਾਸਤੇ ਅਤੇ ਇੱਕ ਨੰਬਰ ਹੋਰ ਆ ਵੀਰੇ 6805-0196 ਉਹ ਮੇਰਾ ਨੰਬਰ ਆ ਜੀ ਤੁਸੀਂ ਤਿੰਨੇ ਨੰਬਰਾਂ ਤੋਂ ਕਿਸੇ ਵੀ ਮਰਜ਼ੀ 'ਤੇ ਕਾਲ ਕਰ ਸਕਦੇ ਹੋ ਠੀਕ ਹੈ ਨਾ ਜੀ ਬਰਨਾਲਾ ਰੋਡ ਪਿੰਡ ਸੰਘੇੜਾ ਸਾਹਮਣੇ ਆਟਾ ਚੱਕੀ ਨੀਅਰ ਸਰਕਾਰੀ ਸਕੂਲ ਇਹ ਨੰਬਰਾਂ 'ਤੇ ਆ ਕੇ ਵੀਰੇ ਕਾਲ ਕਰ ਸਕਦੇ ਹੋ ਤੁਹਾਨੂੰ ਅੱਡੇ ਤੋਂ ਵੀ ਲੈ ਜਾਂਗੇ ਅਸੀਂ ਜਿੱਥੇ ਆ ਕੇ ਤੁਸੀਂ ਕਾਲ ਕਰੋਗੇ ਤੁਹਾਨੂੰ ਸਾਰਾ ਐਡਰੈਸ ਸਮਝਾਇਆ ਜਾਊਗਾ ਇੱਥੋਂ ਠੀਕ ਹੈ ਜੀ ਬਾਕੀ ਕੋਈ ਹੋਰ ਜਾਣਕਾਰੀ ਲੈਣੀ ਆ ਉਹ ਤੁਹਾਨੂੰ ਦੱਸ ਸਕਦੇ ਹਾਂ ਅਸੀਂ ਦੱਸ ਸਕਦੇ ਹਾਂ ਸਾਨੂੰ ਕੋਈ ਵੀ ਜਾਣਕਾਰੀ ਕਿਸੇ ਵੀ ਤਰ੍ਹਾਂ ਦੀ ਲੈਣੀ ਆ ਤਾਂ ਜੀ ਸਾਨੂੰ ਫੋਨ ਕਰਕੇ ਕੰਟੈਕਟ ਕਰਕੇ ਪੁੱਛ ਸਕਦੇ ਹੋ ਠੀਕ ਹੈ ਫਰੈਂਡ ਜੀ ਡੈਂਟਿੰਗ ਪੇਂਟਿੰਗ ਪਿੰਡ ਸੰਘੇੜਾ ਠੀਕ ਹੈ ਜੀ ਅਤੇ ਲਓ ਜੀ ਬਾਈ ਉਹਨਾਂ ਨੇ ਆਪਣਾ ਫੁੱਲ ਐਡਰੈਸ ਦੱਸਤਾ ਅਤੇ ਉੱਤੇ ਸਕਰੀਨ 'ਤੇ ਨੰਬਰ ਆਈ ਜਾਂਦੇ ਨੇ ਹਾਂਜੀ ਬਾਈ ਮਹਾਂ ਜੀ ਆਪਣਾ ਹਿੰਦੁਸਤਾਨ ਥੋੜ੍ਹਾ ਰਹਿ ਗਿਆ ਜੀ ਤਿਆਰ ਹੋਣ ਵਾਲਾ ਠੀਕ ਹੈ ਜੀ ਹਾਂਜੀ ਜਿੱਦੇ ਇਲੈਕਟ੍ਰੀਸ਼ਨ ਦਾ ਕੰਮ ਆਪਣਾ ਸਾਰਾ ਨਿਬੜ ਗਿਆ ਜੀ ਹਾਂਜੀ ਸਟਿੱਕਰਾਂ ਨਿਬੜ ਗਏ ਉਹਦੇ ਤੁਹਾਨੂੰ ਨਾਲ ਦੀ ਨਾਲ ਬੁਲਾ ਲਾਂਗੇ ਵੀਡੀਓ ਫਿਰ ਪਾਵਾਂਗੇ ਉਹ ਵੀਡੀਓ ਵੀ ਆਪਾਂ ਲੈ ਕੇ ਆਵਾਂਗੇ ਹਾਂਜੀ ਠੀਕ ਹੈ ਜੀ ਚਲੋ ਠੀਕ ਹੈ ਜੀ ਹੁਣ ਆਪਾਂ ਮਿਲਦੇ ਹਾਂ ਫਿਰ ਹੁਣ ਕਿਸੇ ਅਗਲੀ ਵੀਡੀਓ 'ਚ ਠੀਕ ਹੈ ਜੀ ਓਕੇ ਸਤਿ ਸ਼੍ਰੀ ਅਕਾਲ ਜੀ ਤਿੰਨੇ ਭਰਾਵਾਂ ਨੂੰ ਜੀ ਠੀਕ ਹੈ ਜੀ